بسم الله الرحمن الرحيم. أعوذ بالله من الشيطان الرجيم. بسم الله الرحمن الرحيم. الحمد لله رب العالمين والعاقبة للمتقين والصلاة والسلام على رسول الكريم أما بعد فأعوذ بالله من الشيطان الرجيم بسم الله الرحمن الرحيم فَذْكُرُوا اللَّهَ كَثِيرًا لَعَلَّكُمْ تُفْلِحُونَ. اللہ تبارک و تعالی نے ہر چیز دا ایک وقت رکھیا. ਈਦੈਨ ਦੋ ਈਦਾਂ ਨੇ, ਇਹਨਾਂ ਦੇ ਵਕਤ ਰੱਖੇ ਨੇ. ਰਮਜ਼ਾਨ ਸ਼ਰੀਫ ਦਾ ਵਕਤ ਰੱਖਿਆ ਅਤੇ 30 ਦਿਨ ਦੱਸੇ, ਬੜੀ ਈਦ ਦੇ 3 ਦਿਨ ਦੱਸੇ, ਛੋਟੀ ਦਾ 1 ਦੱਸਿਆ. ਅਧੂਦ ਮੁਕਰਰ, ਅੱਜ ਦੇ 5 ਦਿਨ ਮੁਕਰਰ. ਹਜ਼ੂਰ ਅਲੈਹਿ ਸਲਾਮ ਵ ਸਲਾਤ ਕਬੀ ਤੋਂ ਮਿਦਹਤ ਖੈਰ ਉੱਲਾ ਨਾਮ ਹੋ ਜਾਏ. ਸੁਭਾਨ ਅੱਲਾਹ. 8 ਦਿਨ ਹਾਜ਼ਰੀ ਦਾ ਸ਼ਰਫ, ਕਿਆ ਖੁਸ਼ ਨਸੀਬ ਲੋਕ ਨੇ ਜਿਹਦੇ ਉਥੋਂ ਦੀ ਸੁਭਾ ਵੇਖਦੇ ਨੇ. ਸੁਬਾ ਫੂਟੀ ਤੋ ਤੇਰੇ ਰੁਖ ਕੀ ਜ਼ਿਆ ਯਾਦ ਆਈ. ਸੁਬਾ ਫੂਟੀ ਤੋ ਤੇਰੇ ਰੁਖ ਕੀ ਜ਼ਿਆ ਯਾਦ ਆਈ. ਚਾਂਦ ਨਿਕਲਾ ਤੋ ਤੇਰਾ ਨਕਸ਼ੇ ਕਦਮ ਯਾਦ ਆਇਆ. ਸੁਬਾ ਵੇਖਦੇ ਨੇ ਉਥੋਂ ਦੀ ਸੁਬਾ. ਸੁਬਹਾਨ ਅੱਲਾਹ. ਤੇ ਕਿਆ ਉਹ ਨੇ ਜਿਹੜੇ ਮਹਿਬੂਬ ਦੇ ਸ਼ਹਿਰ ਦੀ ਸ਼ਾਮ ਵੇਖਦੇ. ਸੁਬਹਾਨ ਅੱਲਾਹ, ਸੁਬਹਾਨ ਅੱਲਾਹ. ਇਹੋ ਹੀ ਦੋਏ ਵਕਤ ਨੇ, ਸੁਬਾ ਤੇ ਸ਼ਾਮ ਦੇ, ਜਿਹੜੇ ਸਰੂਰ ਕੈਫ ਤੇ ਨੂਰ ਬਖਸ਼ਦੇ. ਅੱਲਾਹ ਤਬਾਰਕ ਵਾ ਤਾਲਾ ਨੇ ਜ਼ਰਾ ਜ਼ਰਾ ਕਾਇਨਾਤ ਨੂੰ ਇਰਸ਼ਾਦ ਫਰਮਾਇਆ, ਫਜ਼ ਕਰੋ ਬਾਪ, ਸਭ ਮੇਰੀ ਯਾਦ ਕਰੋ, ਅੱਲਾਹ ਕੋ ਯਾਦ ਕਰੋ. ਅੱਜ ਨੂੰ ਵੀ ਵਕਤ ਮੁਕਰਰ, ਰੋਜ਼ੇ ਦਾ ਵਕਤ ਮੁਕਰਰ, ਈਦ ਦਾ ਵਕਤ ਮੁਕਰਰ, ਕੁਰਬਾਨੀ ਦਾ ਵਕਤ ਮੁਕਰਰ, ਲੈਲਤੁਲ ਕਦਰ ਦੇ ਦਿਨ ਮੁਕਰਰ. ਸੁਬਹਾਨ ਅੱਲਾਹ, ਹਰ ਸ਼ੈ ਮੁਕਰਰ. ਤੇ ਜਿਹੜੇ ਵੇਲੇ ਆਪਣੇ ਨਾਮ ਦਾ ਤਜ਼ਕਰਾ ਆਇਆ, ਖਾਲਕੋ ਮਖਲੂਕ ਦੇ ਦਰਮਿਆਨ ਦਾ ਜ਼ਿਕਰ ਆਇਆ, ਤੇ ਫਿਰ ਕੋਈ ਵਕਤ ਨਹੀਂ ਫਰਮਾਇਆ ਕਿ ਫਲਾਣੇ ਵੇਲੇ ਯਾਦ ਕਰਿਆ ਕਰੋ. ਵੇਲਾ ਜਿਹੜਾ ਨਹੀਂ ਕੋਈ,
ਫਰਮਾਉਂਦੇ ਨੇ ਆਲਮ ਮੇ ਇੰਤਜ਼ਾਰ ਮੇ ਸੁਬਹ ਹੋ ਨਾ ਸ਼ਾਮ ਹੈ। ਗੌਰ ਨਾਲ ਸੁਣਿਓ ਗੱਲ, ਇੱਕ ਨਸ਼ਾ ਏ ਦਵਾਮ ਹੋ, ਐਸਾ ਨਸ਼ਾ ਹੋਵੇ ਜਿਹਨੂੰ ਨਾਰਦਾਨਾ ਨਾ ਤਰੋੜ ਛੱਡੇ, ਜਿਹਨੂੰ ਕੋਈ ਖੱਟੀ ਹੈ ਹੋਸ਼ ਚ ਨਾ ਲੈ ਆਵੇ। ਇੱਕ ਨਸ਼ਾ ਏ ਦਵਾਮ ਹੈ, ਉਹਦੇ ਨਾਮ ਦਾ ਇੱਕ ਨਸ਼ਾ ਏ, ਇੱਕ ਕੈਫ ਏ, ਇੱਕ ਸਰੂਰ ਏ, ਜਿਹੜਾ ਦਵਾਮ ਤੇ ਇਸਤਮਰਾਰ ਉੱਤੇ ਦਲਾਲਤ ਕਰ ਰਿਹਾ, ਹਮੇਸ਼ਾ ਹੀ ਹੁੰਦਾ ਰਹੇ। ਇੱਕ ਨਸ਼ਾ ਏ ਦਵਾਮ ਹੈ, ਇੱਕ ਕੈਫ ਏ ਮੁਸਤਕਿਲ, ਮੁਸਤਕਿਲ ਕੈਫ ਤੇ ਸਰੂਰ ਏ। ਆਲਮ ਏ ਇੰਤਜ਼ਾਰ ਮੇ ਸੁਬਹ ਹੋ ਨਾ ਸ਼ਾਮ ਹੈ। ਉਹ ਸਮਝੇ ਨਹੀਂ ਮੇਰਾ ਖਿਆਲ ਏ, ਦੋ ਵਜ੍ਹਾ ਨਾਲ ਕੋਈ ਅਸਰ ਨਹੀਂ ਹੁੰਦਾ। ਇੱਕ ਤੇ ਨਾ ਜਾਣਨ ਦੀ ਵਜ੍ਹਾ ਨਾਲ ਕਿ ਪਤਾ ਨਹੀਂ ਲੱਗਾ ਗੱਲ ਦਾ ਕੀ, ਇਹ ਤੇ ਇੱਕ ਬੇਤਵਜੀ ਦੀ ਵਜ੍ਹਾ ਨਾਲ। ਸੁਬਹਾਨ ਅੱਲਾ, ਯਾਕੂਬ ਅਲੈ ਸਲਾਮ ਅੱਗੇ ਤਜ਼ਕਰਾ ਯੂਸਫ ਅਲੈ ਸਲਾਮ ਦਾ ਕੀਤਾ ਜਾਏ ਤੇ ਚੁੱਪ ਕਰਕੇ ਬੈਠੇ ਰਹਿਣ। ਇੱਕ ਨਸ਼ਾ ਏ ਦਵਾਮ ਹੋ, ਇੱਕ ਕੈਫ ਏ ਮੁਸਤਕਿਲ, ਆਲਮ ਏ ਇੰਤਜ਼ਾਰ ਮੇ ਸੁਬਹ ਹੋ ਨਾ ਸ਼ਾਮ ਹੈ। ਉਡੀਕਣ ਦੇ ਵਿੱਚ ਵਕਤ ਨਹੀਂ ਹੁੰਦਾ, ਇੰਤਜ਼ਾਰ ਦੇ ਵਿੱਚ ਵਕਤ ਨਹੀਂ ਹੁੰਦਾ, ਹਰ ਵੇਲੇ ਇੱਕੋ ਹੀ ਕੈਫੀਅਤ ਰਹਿੰਦੀ ਹੈ। ਇੱਕ ਮਜ਼ਦੂਰ ਬੈਠੇ ਸਨ, ਲੋਕ ਗਏ ਬੱਦਲ ਨਾ ਵਸੇ ਤੇ ਲੋਕ ਗਏ ਨਮਾਜ਼ ਇਸਤਿਸਕਾ ਪੜ੍ਹਨ ਵਾਸਤੇ। ਬਾਹਰ ਨਿਕਲੇ ਜਿਸ ਵਕਤ ਨਮਾਜ਼ ਇਸਤਿਸਕਾ ਪੜ੍ਹਨ ਵਾਸਤੇ ਤੇ ਉਸ ਮਜ਼ਦੂਰ ਨੂੰ ਆਖਿਆ, ਸਾਈ ਜੀ ਖਲਕਤ ਦੀ ਨਾ ਬੜੀ ਪੜ੍ਹਨ ਵਾਲੀ, ਆਓ ਤੁਸੀਂ ਵੀ ਪੜ੍ਹੋ, ਇਹ ਬੰਦੇ ਇਕੱਠੇ ਗਏ ਹੋਏ ਨੇ, ਮੈਦਾਨ ਏ ਮਹਿਸ਼ਰ ਲੱਗਣ ਲੱਗਾ। ਉਹਨਾਂ ਆਖਿਆ, ਸਾਈ ਜੀ ਉਹ ਤੇ ਮਰਨ ਦੇ ਬਾਅਦ ਫੇਰ ਹੋਣਾ ਕੰਮ, ਤਾਂ ਅਸੀਂ ਅਜੇ ਅਸੀਂ ਮੋਏ ਨਹੀਂ, ਮੈਨੂੰ ਜੁਲਾਣ ਦੇ ਉਹ। ਮੈਂ ਆਖਿਆ ਉਹਦੇ ਜਗਾਣ ਲੱਗੇ ਨੇ, ਉਹ ਇਸ ਤਰ੍ਹਾਂ ਲੱਗੇ ਹੋਏ ਨੇ ਉੱਥੇ ਕਿ ਉਹਨਾਂ ਨੂੰ ਹੋਰ ਕਿਸੇ ਗੱਲ ਦਾ ਪਤਾ ਹੀ ਨਹੀਂ ਰਿਹਾ। ਆਲਮ ਏ ਇੰਤਜ਼ਾਰ ਮੇ ਸੁਬਹ ਹੋ ਨਾ ਸ਼ਾਮ ਹੈ। ਅੰਦਰ ਜਿੱਥੇ ਅਸੀਂ ਹੁੰਦੇ ਹਾਂ ਉੱਥੇ ਨਾ ਸੁਬਹ ਹੁੰਦੀ ਏ ਨਾ ਸ਼ਾਮ ਹੁੰਦੀ ਏ, ਇੰਤਜ਼ਾਰ ਹੀ ਇੰਤਜ਼ਾਰ ਹੁੰਦਾ। ਖੁਸ਼ ਨਸੀਬ ਨੇ ਉਹ ਜ਼ਿਹਨ ਜਿਹੜੇ ਉਧਰ ਲੱਗੇ ਹੋਏ ਨੇ, ਖੁਸ਼ ਨਸੀਬ ਨੇ ਉਹ ਅੱਖੀਆਂ ਜਿਹੜੀਆਂ ਇੰਤਜ਼ਾਰ ਕਰ ਰਹੀਆਂ ਨੇ। ਸੁਬਹਾਨ ਅੱਲਾ, ਫਜ਼ਕੁਰ ਅੱਲਾਹ ਕਸੀਰਨ, ਦਬ ਕੇ ਅੱਲਾ ਅੱਲਾ ਕਰ, ਕਿਉਂ ਕੀ ਹੋਵੇਗਾ, ਅੱਲਾ ਅੱਲਾ ਕੁਮ ਤੁਫਲੇ ਹੂੰ, ਤਾਂ ਕਿ ਤੂੰ ਫਲਾਹ ਪਾ ਜਾਏ, ਕਾਮਯਾਬ ਹੋ ਜਾਏ, ਤੇਰੀਆਂ ਉਮੀਦਾਂ ਤੇ ਉਮੰਗਾਂ ਪੂਰੀਆਂ ਹੋ ਜਾਣ ਤੇ ਤੂੰ ਵਾਸਲ ਬਿੱਲਾ ਹੋ ਜਾਏ ਤੇ ਫਿਰਾਕ ਦੀਆਂ ਘੜੀਆਂ ਦੂਰ ਹੋ ਜਾਣ। ਆਪਣੇ ਜ਼ਿਕਰ ਵਿੱਚ ਇਹ ਨਹੀਂ ਆਖਿਆ ਵੀ ਫਲਾਣੇ ਵੇਲੇ ਕਰਿਆ ਕਰੋ, ਫਲਾਣੇ ਵੇਲੇ ਨਾ ਕਰਿਆ ਕਰੋ, ਦੱਬ ਕੇ ਕਰਿਆ ਕਰੋ। ਪਹਿਲੋਂ ਜ਼ਿਕਰ ਕਰੀ ਲੈ, ਜ਼ਿਕਰ ਦੀਆਂ ਤਰੇ ਕਿਸਮਾਂ ਨੇ, ਇੱਕ ਜ਼ਿਕਰ ਲਿਸਾਨੀ ਹੈ,
ਜ਼ੁਬਾਨ ਨਾਲ ਲਾਲਾ ਕਰਨਾ, ਜ਼ੁਬਾਨ ਨਾਲ ਲਾਲਾ ਕਰਨਾ, ਇੰਨਾ ਲਾਲਾ ਕਰ, ਇੰਨਾ ਲਾਲਾ ਕਰ ਕਿ ਅੱਲਾ ਅੱਲਾ ਕਰਦਿਆਂ ਜ਼ੁਬਾਨ ਦਾ ਜ਼ਿਕਰ ਕਲਬੀ ਜ਼ਿਕਰ ਨਾਲ ਮੁੰਤਕਿਲ ਹੋ ਜਾਏ, ਅੰਦਰ ਜਾ ਵੜੇ ਜ਼ਿਕਰ, ਜ਼ੁਬਾਨੋ ਟੱਪ ਕੇ ਜਗ੍ਹਾ ਲੰਘ ਜਾਏ, ਜਿਸ ਤਰ੍ਹਾਂ ਰੋਟੀ ਪਹਿਲੋਂ ਮੂੰਹ ਵਿੱਚ ਤੇ ਫਿਰ ਮੇਦੇ ਵਿੱਚ, ਇਸ ਤਰ੍ਹਾਂ ਪਹਿਲੋਂ ਜ਼ੁਬਾਨ ਤੇ ਫਿਰ ਦਿਲ ਵਿੱਚ, ਹਜ਼ਕੁਰ ਅੱਲਾਹ ਕਸੀਰਨ, ਦੱਬ ਕੇ ਅੱਲਾ ਅੱਲਾ ਕਰ। ਮੌਲਾ ਰੂਮ ਤੇ ਆਖਦੇ ਨੇ ਅੱਲਾ ਅੱਲਾ ਕੁਨ ਕਿਤਾ ਅੱਲਾ ਸ਼ਵੀ, ਉਹ ਇੰਨਾ ਅੱਲਾ ਅੱਲਾ ਕਰਕੇ ਅੱਲਾ ਹੀ ਹੋ ਜਾਏ, ਮਤਲਬ ਇਹ ਨਹੀਂ ਕਿ ਅੱਲਾ ਬਣ ਜਾਏ, ਮਤਲਬ ਇਹ ਅੱਲਾ ਹੀ ਰਹਿ ਜਾਏ ਤੂੰ ਨਾ ਹੋਵੇਂ। ਇੱਕ ਤੇ ਕਲਬੀ ਜ਼ਿਕਰ ਜਿਹੜਾ ਦਿਲ ਨਾਲ ਜ਼ਿਕਰ, ਮੈਂ ਪਰਸੋਂ ਚੌਥੇ ਕਾਕੇ ਨੂੰ ਦੱਸਿਆ ਸੀ, ਮੈਂ ਕਿਹਾ ਕਿਤਾਬ ਵਿੱਚ ਲਿਖਿਆ ਸੀ ਜ਼ਰੂਰ ਤੇ ਮੁਰਸ਼ਦ, ਉਹਦੇ ਵਿੱਚ ਇੱਕ ਇਸ਼ਾਰਾ ਹੀ ਸੀ ਤੇ ਫਿਰ ਜਿਹੜਾ ਸ਼ਜਰਾ ਸ਼ਰੀਫ ਹਜ਼ਰਤ ਅਲੀ ਪੁਰੀ ਨੇ ਛੁਪਵਾਇਆ ਉਹ ਮੰਗਵਾਇਆ, ਫਿਰ ਉਹਦੇ ਵਿੱਚ ਵੇਖਿਆ ਕਿ ਦਿਲ ਨਾਲ ਜਦੋਂ ਜ਼ਿਕਰ ਕੀਤਾ ਜਾਂਦਾ ਹੈ ਤੇ ਜਿਹੜੇ ਮੁਨਾਫੇ ਉਲ ਅਜ਼ਾ ਫਜ਼ੈਲੋ ਜੀ, ਮੁਨਾਫੇ ਉਲ ਅਜ਼ਾ ਦਾ ਨਫ਼ਾ ਤੇ ਰਗਾਂ ਦਾ ਮੇਲ ਜੋਲ, ਮੇਦੇ ਦਾ, ਜਿਗਰ ਦਾ, ਜਿਗਰ ਦਾ ਅੰਤੜੀਆਂ ਨਾਲ, ਇੱਕ ਵਾਰੀ ਜਿਸ ਵਕਤ ਦਿਲ ਪੰਪ ਕਰਦਾ ਤੇ ਹਰ ਬੁਲੇ ਮੂੰਹ, ਹਰ ਹਰ ਵਾਲ ਦੇ ਮੁੰਡ ਤੱਕ ਉਹਦੀ ਅਸਰ ਜਾਂਦਾ। ਫਰਮਾਉਂਦੇ ਨੇ ਸਾਢੇ 3 ਕਰੋੜ ਜੋੜੇ ਜਿਹਦੇ ਵਿੱਚ ਹਰਕਤ ਪੈਦਾ ਹੁੰਦੀ ਹੈ ਇੱਕ ਵਾਰੀ ਦਿਲ ਨਾਲ ਆਖਣਾ, ਦਿਲ ਨਾਲ ਆਖਣਾ, ਪਰ ਦਿਲ ਕੋਲ ਹੋਵੇ ਤੇ ਦਿਲ ਨਾਲ ਆਖੇ, ਦਿਲ ਤੇ ਲਿਆ ਛੜਿਆ, ਦੁਨੀਆ ਤਾਰੀ ਵੰਡਿਆ। ਸ਼ੇਖ ਫਰੀਦੁਦੀਨ ਅਤਾਰ ਰਹਿਮਤੁੱਲਾ ਲੈ ਜ਼ਿਕਰ ਕਲਬੀ ਤੋਂ ਅੱਗੇ ਚੱਲਣੀ ਗੱਲ ਭੁੱਲਣਾ ਮੈਨੂੰ ਜਾਏ, ਫਰੀਦੁਦੀਨ ਅਤਾਰ ਰਹਿਮਤੁੱਲਾ ਲੈ ਦੀ ਦੁਕਾਨ ਉੱਤੇ ਆ ਗਿਆ ਇੱਕ ਦਰਵੇਸ਼, ਹਜ਼ੂਰ ਅੱਗੇ ਵੀ ਬਾਖੁਦਾ ਸਨ, ਪਿੱਛੋਂ ਮਸ਼ਾਇਕ ਵਿੱਚ ਨਾ ਆਪਦਾ, ਬੜੀ ਬੁਲੰਦ ਹਸਤੀ, ਫਿਰ ਉਤਾਂ ਗਈ ਹੈ ਹੌਲੀ ਹੌਲੀ ਨਾ, ਪੌੜੀ ਬਪੌੜੀ ਚੜੀ ਜਾ ਨਾ। ਜਿਸ ਵਕਤ ਉਹ ਆਇਆ ਧਿਆਨ ਚੌਂ ਵੇਖਣ ਵਾਲਾ ਦੁਕਾਨ, ਮਾਮੂਲੀ ਮਤਲਬ ਬਨਕਸ਼ਾ ਮਲੱਠੀ ਜਵੈਨ ਨਹੀਂ ਸੀ ਪਈ ਹੋਈ, ਕਸਤੂਰੀ ਸੀ, ਅੰਬਰ ਸੀ, ਜਾਫਰਾਨ ਸੀ, ਬੜੀਆਂ ਬੜੀਆਂ ਕੀਮਤੀ ਜਵਾਹਰਾਤ ਸਨ ਪਏ ਹੋਏ। ਵੇਖਦਾ ਰਿਹਾ, ਹਜ਼ੂਰ ਨੇ ਆਖਿਆ ਕੀ ਵੇਹਨਾ ਦੁਕਾਨ ਦੇ ਵਿੱਚ? ਆਖਣ ਲਾ ਮੈਂ ਵੇਹਨਾ ਭਾਈ ਤੇਰੀ ਜਾਨ ਕਿਸ ਤਰ੍ਹਾਂ ਨਿਕਲੇਗੀ, ਇੰਨਾ ਦੁਨੀਆਂ ਦੇ ਖਟਰਾਕ ਗੱਲ ਪਾਇਆ ਏ, ਕਦੇ ਕਿਸੇ ਡੱਬੇ ਚੋਂ ਨਿਕਲੇਗੀ, ਦੂਜੇ ਚ ਜਾ ਵੜੇਗੀ, ਦੂਜੇ ਚ ਨਿਕਲੇਗੀ, ਤ੍ਰੀਜੇ ਚ ਆਏ ਆ ਚੀਜ਼ਾਂ ਛੱਡ ਚੱਲਿਆ, ਕਦੇ ਕੁੜੀਆਂ ਦਾ ਖਿਆਲ, ਕਦੇ ਮੁੰਡਿਆਂ ਦਾ ਖਿਆਲ, ਕਦੇ ਜ਼ਮੀਨਾਂ ਦਾ ਖਿਆਲ, ਕਦੇ ਕਾਰਖਾਨਿਆਂ ਦਾ ਖਿਆਲ, ਸੁਭਾਨ ਅੱਲਾ, ਕਦੇ ਰੇਲ ਗਾੜੀ ਦਾ, ਕਦੇ ਹਵਾਈ ਜਹਾਜ਼ਾਂ ਦਾ। ਆਉਂਦੇ ਨੇ ਤੇਰਾ ਜਾਨ ਕਿਸ ਤਰ੍ਹਾਂ ਨਿਕਲੇਗੀ? ਵਾਲਿਦ ਸਾਹਿਬ ਰਹਿਮਤੁੱਲਾ ਲੈ ਵਾਜ ਫਰਮਾਇਆ ਤੇ ਵਿੱਚ ਸ਼ੇਰ ਫਰਮਾਇਆ, ਮੈਨੂੰ ਕਿਹਾ ਹੁੰਦਿਆਂ ਸੁਣਿਆ ਯਾਦ ਆ ਗਿਆ, ਜਿਹੜੇ ਬੰਦਾ ਮਰਨ ਲੱਗਦਾ ਝਟਕੇ ਲੱਗਦੇ ਨੇ,
ਆਂਦੇ ਨੇ ਜਾਤੇ ਹੈ ਤੇਰੇ ਪੂਜਾ ਸੇ ਹੈ ਜਾਂ ਖਫਾ ਨਾ ਹੋ ਐ ਮੇਰੀ ਜਾਨ ਤੇਰੇ ਵਿੱਚੋਂ ਐ ਜਿਸਮ ਵਿੱਚੋਂ ਜਾਨ ਆਖਦੀ ਏ ਮੈਂ ਨਿਕਲ ਚੱਲੀ ਆ ਹੁਣ ਜਾਂਦਿਆਂ ਧੱਕੇ ਤੇ ਨਾ ਨਾ ਮਾਰ ਜਾਤੇ ਹੈ ਤੇਰੇ ਕੂਚਾ ਸੇ ਐ ਜਾਂ ਖਫਾ ਨਾ ਹੋ ਟੁਕੜੇ ਤੋਂ ਢੂੰਡ ਲੂੰ ਦਿਲੇ ਸਦ ਚਾਕ ਚਾਕ ਕੇ ਟੁਕੜੇ ਟੁਕੜੇ ਵੰਡਿਆ ਆ ਕਾਇਨਾਤ ਚ ਮੇਰਾ ਦਿਲ ਕਦੇ ਕਿਧਰੇ ਕਦੇ ਕਿਧਰੇ ਕਦੇ ਕਿਧਰੇ ਕੌਣ ਸੰਭਾਲੇਗਾ ਕੌਣ ਲੇਗਾ ਮੇਰੇ ਬਾਅਦ ਕੀ ਹੋਵੇਗਾ ਕੁਛ ਵੀ ਨਾ ਹੋਵੇਗਾ ਕਦੇ ਕਦੇ ਰਾਤ ਨੂੰ ਸੁੱਤਿਆਂ ਸੋਚਿਆ ਕਰੋ ਮੇਰੇ ਬਾਅਦ ਕਿਆ ਹੋਗਾ ਜੇਕਰ ਕਲਬੀ ਯਾਦ ਰੱਖਣਾ ਕੋ ਚੱਲਣੀ ਹਜ਼ਰਤ ਅਲੀ ਰਜ਼ੀ ਅੱਲਾਹ ਤਾਲਾ ਅਨਹੋ ਇੱਕ ਦਿਨ ਹਾਂ ਉਹ ਗੱਲ ਪਿੱਛੇ ਰਹਿ ਗਈ ਦਰਵੇਸ਼ ਆਇਆ ਆਪਣੇ ਫਿਰ ਗੁੱਠੇ ਨਾਲ ਆਖਿਆ ਤੇਰੀ ਜਾਨ ਕਿਸ ਤਰ੍ਹਾਂ ਨਿਕਲੇਗੀ ਇਹ ਜਿਹੜੇ ਲੋਕ ਅੱਲਾਹ ਵੱਲ ਲੱਗ ਗਏ ਨੇ ਕਿ ਆਲਮ ਹੈ ਇੰਤਜ਼ਾਰ ਮੈਂ ਸੁਬਹ ਹੋਣਾ ਸ਼ਾਮ ਦਰੂਦ ਸ਼ਰੀਫ ਦੋ ਆਖਣ ਲੱਗੇ ਤੇਰੀ ਕਿਸ ਤਰ੍ਹਾਂ ਨਿਕਲੇਗੀ ਇੱਕ ਕੋਲ ਚਾਦਰ ਸੀ ਦੁਕਾਨਾਂ ਅੱਗੇ ਫੱਟੇ ਲੱਗੇ ਹੁੰਦੇ ਨੇ ਫੱਟੇ 'ਤੇ ਲੰਮਾ ਪੈ ਗਿਆ ਆਖਣ ਉੱਤੇ ਚਾਦਰ ਤਾਣ ਲਈ ਤਾਣ 'ਚ ਆਖਣ ਲੱਗਾ ਸਲਾਮਾ ਲੈਕਮ ਅਸੀਂ ਤਾਂ ਇਸ ਤਰ੍ਹਾਂ ਜਾਵਾਂਗੇ ਜੀ ਕੋਈ ਗਮ ਨਹੀਂ ਨਾ ਫਿਕਰੇ ਫਰਦਾ ਹੈ ਉੱਥੇ ਨਾ ਹੀ ਫਿਕਰੇ ਦੋਸ਼ ਹੈ ਨਾ ਫਿਕਰੇ ਫਰਦਾ ਹੈ ਉੱਥੇ ਨਾ ਹੀ ਫਿਕਰੇ ਦੋਸ਼ ਹੈ ਆਉਂਦੇ ਅਸੀਂ ਸ਼ਰਾਬ ਪਲਾ ਛੜੀ ਮੁਹੰਮਦ ਮੁਸਤਫਾ ਅਲੈਹ ਵਸੱਲਮ ਨੇ ਨਾਮ ਨਾਮੀ ਅੱਲਾਹ ਤਾਲਾ ਦਾ ਜ਼ਿਕਰ ਇੰਝ ਜਾਰੀ ਕਰ ਛੜਿਆ ਨਾ ਫਿਕਰੇ ਫਰਦਾ ਹੈ ਉੱਥੇ ਫਰਦਾ ਕੱਲ ਆਉਣ ਵਾਲਾ ਦਿਨ ਨਾ ਅਗਲੇ ਆਉਣ ਵਾਲੇ ਦਿਨ ਦਾ ਗਮ ਰਿਹਾ ਕੋਈ ਜਿਹੀ ਸ਼ੁਰੂ ਹੋ ਗਈ ਗੱਲ ਨਾ ਹੀ ਫਿਕਰੇ ਦੋਸ਼ ਹੈ ਨਾ ਕੱਲ ਵਾਲੇ ਦਿਨ ਦੇ ਘਾਟੇ ਦਾ ਫਿਕਰ ਰਿਹਾ ਨਾ ਅੱਗੋਂ ਆਉਣ ਵਾਲੇ ਦਾ ਖਿਆਲ ਰਿਹਾ ਅੱਗੇ ਪਿੱਛੇ ਦੀ ਕੁਝ ਨਾ ਲੋੜ ਰੱਖਣ ਜਿੰਨਾ ਯਾਰ ਉੱਤੋਂ ਜਿੰਦਾ ਵਾਰੀਆ ਅੱਗੇ ਪਿੱਛੇ ਦੀ ਕੁਝ ਨਾ ਲੋੜ ਰੱਖਣ ਜਿੰਨਾ ਯਾਰ ਉੱਤੋਂ ਜਿੰਦਾ ਵਾਰੀਆਂ ਨੀ ਸੁਬਾਨ ਅੱਲਾਹ ਸ਼ਾਹ ਲੰਘ ਕੇ ਗਏ ਅੰਦਰ ਇੱਕ ਬਾਹਰ ਕਰਦੇ ਇੰਤਜ਼ਾਰੀਆਂ ਜੇ ਅੰਦਰ ਲੰਘਣਾ ਹੀ ਤੇ ਤਲਕ ਪੈਦਾ ਕਰ ਤਲਕ ਪੈਦਾ ਕਰਦੀ ਇੱਕ ਦੂਏ ਦੇ ਘਰ ਜਾਣ ਲੱਗ ਪੈਂਦੇ ਤੇ ਗੈਰ ਬਾਹਰ ਬੈਠੇ ਅਹਿਮਦ ਸ਼ਾਹ ਇੱਕ ਲੰਘ ਕੇ ਗਏ ਅੰਦਰ ਇੱਕ ਬਾਹਰ ਕਰਦੇ ਇੰਤਜ਼ਾਰੀ ਇੱਕ ਜ਼ਿਕਰ ਕਲਬੀ ਇਹ ਵੀ ਆਪਨੇ ਜਿਸ ਵਕਤ ਉਹਨੂੰ ਦਰਵੇਸ਼ ਨੂੰ ਵੇਖਿਆ ਬੇਟੇ ਨੂੰ ਫਰਮਾਨ ਲੱਗੇ ਤੂੰ ਸਾਰਾ ਕੰਮ ਜਾਣਨਾ ਲੈ ਤੂੰ ਕਰਿਆ ਕਰ ਲੈ ਪੂੰਜੀ ਤੇ ਸਾਨੂੰ ਪਖਿਦਾ ਹੋ ਕੇ ਲੱਗਣ ਦੇ ਇਹ ਜ਼ਿਕਰ ਇਹ ਉਸ ਪਾਸੇ ਦੇ ਲੱਗ ਜਾਣ ਦਾ ਅਸਰ ਹੈ ਕਿ ਨਾ ਹੀ ਫਿਕਰੇ ਫਰਦਾ
ਨਾ ਫਿਕਰੇ ਦੋਸ਼ੇ, ਨਾ ਕੱਲ ਆਉਣ ਵਾਲੇ ਦਾ, ਨਾ ਕੱਲ ਟੁਰ ਗਏ ਦਾ, ਨਾ ਕੱਲ ਆਉਣ ਵਾਲੇ ਦਾ, ਨਾ ਕੱਲ ਟੁਰ ਗਏ ਦਾ, ਕੋਈ ਗਮ ਹੀ ਨਹੀਂ, ਸਭ ਗਮ ਮੁੱਕ ਗਏ। ਦੁਨੀਆਂ ਭਰ ਕੇ ਗਮ ਔਰ ਇੱਕ ਤੇਰਾ ਗਮ, ਇੱਕ ਤੇਰੀ ਮੁਹੱਬਤ ਦਾ ਗਮ, ਇੱਕ ਸਾਰੀ ਕਾਇਨਾਤ ਦਾ ਗਮ। ਦੁਨੀਆਂ ਭਰ ਕੇ ਗਮ ਔਰ ਇੱਕ ਤੇਰਾ ਗਮ, ਯੇ ਗਮ ਹੋਤਾ ਤੋ ਕੋਈ ਗਮ ਨਾ ਹੋਤਾ, ਇੱਕ ਤੇਰਾ ਗਮ ਲੱਗ ਜਾਏ ਤੇ ਫਿਰ ਕੋਈ ਗਮ ਹੁੰਦਾ ਹੀ ਨਾ। ਪੀਰ ਸ਼ੇਖ ਅਬਦੁਲ ਕਾਦਰ ਜੀਲਾਨੀ ਰਹਿਮਤੁਲਾ ਲੈ ਹਜ਼ੂਰ ਫਰਮਾਉਂਦੇ ਨੇ, ਗਮ ਦੋ ਕਿਸਮਤ ਹੈ ਬਰਾਦਰ, ਗੋਸ਼ ਕੁਨ ਐ ਮੇਰੇ ਭਾਈ, ਗਮ ਦੀਆਂ ਦੋ ਕਿਸਮਾਂ ਨੇ, ਕੰਨਾਂ ਚ ਪਾ ਗੱਲ। ਯਕ ਗਮ ਆਨਸ ਕਿ ਖੂਨ ਮਰਦਮ ਏ ਖੁਰਦ, ਕਿ ਲੋਕਾਂ ਦਾ ਲਹੂ ਪੀਂਦਾ ਹੈ, ਗਮ ਸੁਕਾ ਛੱਡਦਾ ਹੈ, ਇੱਕ ਗਮ ਤੇ ਉਹ ਹੀ। ਸੁਭਾਨ ਅੱਲਾਹ, ਬੜੇ ਧਿਆਨ ਨਾਲ ਸੁਣਿਓ ਗੱਲ। ਅੱਜ ਨੇ ਇੱਕ ਨੇ ਸਾਰੇ ਜਾਣਦੇ ਗਮ, ਉਹ ਕੀ ਹੈ ਜਿਹੜਾ ਸੁਕਾ ਛੱਡਦਾ। ਯਕ ਗਮ ਆਨਸ ਕਿ ਖੂਨ ਮਰਦਮ ਏ ਖੁਰਦ, ਵਾਮ ਗਮੇ ਦੀਗਰ ਇੱਕੋ ਗਮ, ਯੇ ਗਮ ਹੋਤਾ ਤੋ ਕੋਈ ਗਮ ਨਾ ਹੋਤਾ। ਉਹਦੀ ਮੁਹੱਬਤ ਦਾ ਗਮ, ਉਹ ਕੀ ਗਮ ਹੈ, ਆ ਗਮੇ ਦੀਗਰ ਕਿ ਹਰ ਗਮ ਰਾ ਖੁਰਦ, ਉਹ ਗਮ ਐਸਾ ਜਿਹੜਾ ਸਾਰਿਆਂ ਗਮਾਂ ਨੂੰ ਕਹਿੰਦਾ ਲਾਣਾ ਹੀ ਤੇ ਉਹ ਗਮ ਲਾਏ ਉਠਾਂਦਿਆਂ ਡਿੱਡਣਿਆਂ ਤੇ ਖੋਤਿਆਂ ਤੇ। ਉਹ ਕਿਤਾਬ ਲਿਖੀ ਇੱਕ ਬਜ਼ੁਰਗਾਂ, ਉਹਦੇ ਵਿੱਚ ਉਹ ਆਪਣੇ ਹਿਸਾਬ ਨਾਲ ਹੀ ਗੱਲ ਕਰਦੇ ਨੇ ਪਏ, ਤੇ ਵਿੱਚ ਇੱਕ ਅੰਗਰੇਜ਼ੀ ਇਸ਼ਤਿਹਾਰ ਬੜੀ ਪਸੰਦ ਆਈ, ਆਖਣ ਲੱਗੇ ਇਹ ਡੰਕੀ ਔਰ ਮੰਕੀ ਕਾ ਫਿਕਰ ਕਿਆ ਹੈ, ਮੰਕੀ ਬਾਂਦਰ ਤੇ ਡੰਕੀ ਖੋਤਾ। ਦੇ ਖੋਤਿਆਂ ਬਾਂਦਰਾਂ ਦਾ ਕੀ ਗਮ ਲਾਇਆ, ਇਹ ਗਮ ਲਾਉਣਾ ਹੀ ਦੇਖੋ ਗਮ ਲਾ। ਕਲਬੀ ਜਿਹਦੇ ਨਾਲ 3.5 ਕਰੋੜ ਜੋੜ ਦੇ ਵਿੱਚ ਹਰਕਤ ਆਉਂਦੀ ਹੈ, ਤੇ ਇਹ ਮੁਹਰਕ ਹੈ ਉਹਦਾ, ਤੇ ਜਿਸਮ ਜ਼ਾਤ ਤੇ ਜਿਸਮ ਸਾਰੇ ਦੇ ਜੋੜ ਮੁਤਹਰਕ ਹੋ ਜਾਂਦੇ, ਹਰਕਤ ਦੇ ਵਿੱਚ ਆ ਜਾਂਦੇ। ਇਹ ਵੇ ਉਹ ਜ਼ਿਕਰ, ਇਹਨੂੰ ਹੀ ਫਰਮਾਇਆ ਫਜ਼ਕੁਰ ਅੱਲਾਹ ਕਸੀਰਾਂ ਤਾਲਬਕੁਮ ਤੁਫਲਹੂ। ਇਹ ਤੇ ਆਪਣੀ ਸ਼ਾਨ ਕਿਬਰੀਆਈ ਬਿਆਨ ਕੀਤੀ, ਖੁਦੀ ਕੀ ਖਲਵਤੋਂ ਮੇਂ ਕਿਬਰੀਆਈ। ਜਿਹੜੇ ਪੜ੍ਹੇ ਲਿਖੇ ਹੋਏ ਧਿਆਨ ਕਰੋ, ਦੂਜੇ ਵੀ ਮਾਸ਼ਾਅੱਲਾ ਸਾਰੇ ਹੀ ਪੜ੍ਹੇ ਲਿਖੇ ਹੋਗੇ, ਪੜ੍ਹੇ ਨਹੀਂ ਤੇ ਲਿਖੇ ਤੇ ਸਾਰੇ ਹੋ, ਫਲਾਣਾ ਫਲਾਣੇ ਦੇ ਘਰ ਜੰਮਿਆ ਤੇ ਲਿਖਿਆ। ਆਂਦੇ ਨੇ ਪੜ੍ਹੇ ਲਿਖੇ ਉਹ ਗੌਰ ਕਰੋ, ਕੀ ਦੱਸਦਾ ਦੰਦਿਆ, ਖੁਦੀ ਕੀ ਖਲਵਤੋਂ ਮੈਂ, ਖੁਦੀ ਪੋਸ਼ੀਦਾ ਵੇਖਣੀ ਆ ਤੇ ਉਹ ਕਿਹੜੀ ਜੈ, ਖੁਦੀ ਕੀ ਖਲਵਤੋਂ ਮੈਂ ਕਿਬਰੀ ਆਈ, ਖੁਦੀ ਕੀ
ਜਜ਼ਬਤੋਂ ਮੈਂ ਖਲਵਤ ਚ ਵੇਖਣਾ ਹੀ ਤੇ ਖੁਦਾ ਦੀ ਰਾਤ ਦੀ ਕਿਵਰੀਆਈ, ਜੇ ਜਲਵਤ ਵਿੱਚ ਵੇਖਣਾ ਹੀ ਸਾਹਮਣੇ ਵੇਖਣਾ ਹੀ ਉਹਦੀ ਤਜਲੀਆਤ, ਤੋ ਖੁਦੀ ਕੀ ਖਲਵਤੋਂ ਮੈਂ ਕਿਵਰੀਆਈ, ਖੁਦੀ ਕੀ ਜਲਵਤੋਂ ਮੈਂ ਮੁਸਤਫਾ। ਖਲਵਤ ਔਰ ਜਲਵਤ, ਸੁਭਾਨ ਅੱਲਾ, ਬਾਦ ਬਾਦ ਕੈਫ ਆਵਰ ਘੜੀਆਂ ਹੁੰਦੀਆਂ ਨੇ। ਭਾਈ ਕੀ ਕਰਦੇ ਹੋ? ਵੇਖੋ ਕਾਕੇ ਨੂੰ ਪੁੱਛੋ ਉੱਥੇ ਆਵਾਜ਼ ਕਿਉਂ ਨੀ, ਕਿਉਂ ਨਹੀਂ ਜਾਂਦੀ? ਪ੍ਰੋਫੈਸਰ ਸਾਹਿਬ ਅਸੀਂ ਗਏ ਇੱਥੇ, ਉਹ ਤਸ਼ਰੀਫ ਲਿਆਏ ਜਲਸੇ ਉੱਤੇ, ਸੁਭਾਨ ਅੱਲਾ, ਇਨਸਾਨਾਂ ਦੀਆਂ ਆਦਤਾਂ, ਬੈਠੇ ਹੋਏ ਸਨ ਕਮਰੇ ਵਿੱਚ, ਜਿੱਥੇ ਆਣ ਕੇ ਤਸ਼ਰੀਫ ਰੱਖੀ, ਖਾਣਾ ਜਾਣਾ ਖਾਣਾ, ਸਾਨੂੰ ਉਹ ਘਰ ਵਾਲੇ ਚੰਗਾ ਅਦਬ ਕਰਦੇ ਸਨ, ਦੂਸਰੇ ਬੜੇ ਕਮਰੇ ਅੱਛੇ ਸਾਨੂੰ ਬਿਠਾਇਆ, ਵੀ ਆਪੇ ਉਹ ਵਿਹਲੇ ਹੁੰਦੇ ਨੇ ਤੇ ਫਿਰ ਮਿਲਣ। ਸੁਭਾਨ ਅੱਲਾ, ਉਹਨਾਂ ਨੂੰ ਪਤਾ ਲੱਗਾ ਵੀ ਆਉਣ ਲੱਗੇ ਨੇ ਸਾਨੂੰ ਮਿਲਣ। ਬੰਦਿਆਂ ਦੀਆਂ ਆਦਤਾਂ ਕੋਹ ਜਿਹਾ ਹੁੰਦਾ ਤੇ ਹੋਰ ਭੂਲ ਹੁੰਦਾ। ਹਾਂ ਆਈਏ, ਅਭੀ ਤਾਂ ਵਕਤ ਨਹੀਂ, ਜਰਾ ਠਹਿਰ ਜਾਈਏ। ਨਹੀਂ, ਵਕਤ ਹੋਤਾ ਹੈ ਤੋ ਬੁਲਾਤੇ ਹੈ, ਨਹੀਂ ਅਜੇ ਵੇਹਨੇ ਹੀ ਆਪੇ, ਖਿਆਲ ਹੀ ਪੇ ਕਰਨੇ ਆ ਤੇ ਪ੍ਰੋਫੈਸਰ ਸਾਹਿਬ ਆਪ ਹੀ ਉੱਠ ਕੇ ਆ ਗਏ। ਸੁਭਾਨ ਅੱਲਾ, ਕੁਝ 10 ਮਿੰਟ ਕੁਰਸੀ ਚ ਬੈਠੇ, ਜਾਣ ਲੱਗੇ ਤੇ ਮੈਨੂੰ ਯਾਦ ਆਈ ਖਲਵਤ ਜਲਵਤ, ਮੈਨੂੰ ਸੀਨੇ ਨਾਲ ਲਾ ਕੇ ਆਖਣ ਲੱਗੇ, ਆਪਣੀ ਖਲਵਤੋਂ ਔਰ ਜਲਵਤੋਂ ਮੈਂ ਇਸ ਫਕੀਰ ਕੋ ਯਾਦ ਰੱਖ ਸਕਦਾ, ਦੁਆ ਕਰ। ਪ੍ਰੋਫੈਸਰ ਕਾਦਰੀ ਸਾਹਿਬ, ਖੁਦੀ ਕੀ ਖਲਵਤੋਂ ਮੈਂ ਕਿਵਰੀ ਆਏ, ਖੁਦੀ ਕੀ ਜਲਵਤੋਂ ਮੈਂ ਮੁਸਤਫਾ। ਇਹ ਤੇ ਬਿਨਾਂ ਖਲਵਤ ਪੋਸ਼ੀਦਾ, ਤੇ ਜੇ ਜਲਵਤ ਵੇਖਣੀ ਹੈ ਤੇ ਉਹਦਾ ਕੀ ਫਰਮਾਇਆ? ਫਰਮਾਇਆ ان الله وملائكته يصلون على النبي يا ايها الذين امنوا صلوا عليه وسلموا تسليما। آدم علیہ السلام نے سجدہ کرایا, ਆਦਮ ਅਲੈਹ ਸਲਾਮ ਨੂੰ ਸਜਦਾ ਨਹੀਂ ਸੀ, ਸਜਦਾ ਹੁਕਮੇ ਇਲਾਹੀ ਨੂੰ ਹੀ ਸੀ, ਸਿਰਫ ਮਸਜੂਦ ਅਲੈਹ ਸਨ। ਜਿਸ ਤਰ੍ਹਾਂ ਕਰਦੇ ਇੱਧਰ ਸਜਦਾ ਤੇ ਖੁਦਾ ਨੂੰ ਕਰਦੇ ਹੋ, ਅੱਗੇ ਖੁਦਾ ਹੈ ਨਹੀਂ, ਇੱਕ ਤਰਫ ਮੁਕਰਰ ਕੀਤੀ ਹੋਈ ਹੈ, ਇੱਧਰ ਕਰ ਤੇ ਮੈਨੂੰ ਹੀ ਸਮਝੀ। ਤੇ ਮੈਂ ਮਕਾਨ ਤੋਂ ਪਾਕ ਹਾਂ, ਇਹ ਨਾ ਖਿਆਲ ਕਰੀ ਮੈਂ ਆ ਗਏ। ਇਹ ਮਸਜੂਦ ਅਲੈ ਤੇ ਮਸਜੂਦ ਲਹੂ ਅੱਲਾ ਦੀ ਜ਼ਾਤ ਹੈ, ਜਿਹਦੇ ਹੁਕਮ ਨਾਲ ਕਰਨੇ ਆ ਪਏ। ਅੱਲਾ ਤਾਲਾ ਨੇ ਇਰਸ਼ਾਦ ਫਰਮਾਇਆ, ਯਾ ਮਲਾਇਕਾ ਤਸਜੂਦੂ ਲਿਆਦਮਾ, ਜਾਓ ਸਜਦਾ ਕਰੋ ਆਦਮ ਅਲੈ ਸਲਾਮ। ਫਰਿਸ਼ਤਿਆਂ ਨੂੰ ਹੁਕਮ ਦਿੱਤਾ, ਆਪ ਹੀ ਨੇ ਕੁਝ ਕੀਤਾ।
ਜੇ ਮੁਕਾਮ ਦੱਸਿਆ ਇਬਰਾਹੀਮ ਅਲੈਹ ਸਲਾਮ ਨੂੰ ਤੇ ਇਰਸ਼ਾਦ ਫਰਮਾਇਆ ਕਿ ਅਸਾਂ ਉਹਨਾਂ ਨੂੰ ਜ਼ਮੀਨੋਂ ਆਸਮਾਨ ਦੀ ਕਿਬਰੀਆਈ ਤੇ ਅਜਾਇਬ ਤੇ ਗਰਾਇਬ ਦਿਖਾਏ। ਅਲਮਾ ਆਦਮ ਅਲਸਮਾ ਕੁੱਲਾ, ਇਲਮ ਦਾ ਜ਼ਿਕਰ ਆਇਆ ਤੇ ਆਦਮ ਅਲੈਹ ਸਲਾਮ ਕੋ ਤਮਾਮ ਮਖਲੂਕ ਕੇ ਨਾਮ ਔਰ ਉਨਕੀ ਸੂਰਤੇ ਦਿਖਾ ਦੀ, ਇਲਮ ਦਾ ਜ਼ਿਕਰ ਆਇਆ। ਜਿਹੜੇ ਹਜ਼ੂਰ ਅਲੈਹ ਸਲਾਮ ਦਾ ਜ਼ਿਕਰ ਆਇਆ ਉੱਥੇ ਫਰਿਸ਼ਤਿਆਂ ਨੂੰ ਨਹੀਂ ਆਖਿਆ ਤੁਸੀਂ ਦਰੂਦ ਪੜ੍ਹੋ, ਉੱਥੇ ਆਪਣੇ ਨਾਂ ਤੋਂ ਸ਼ੁਰੂ ਕੀਤਾ। ਅੱਲਾਹ ਤਾਲਾ ਖੁਦ ਵਾ ਮਲਾਇਕਤਹੁ ਔਰ ਉਸਕੇ ਫਰਿਸ਼ਤੇ, ਉਸਕੇ ਫਰਿਸ਼ਤੇ ਆਪੀ ਵੀ ਤੇ ਉਹਦੇ ਫਰਿਸ਼ਤੇ ਵੀ, ان الله وملائكته يصلون على النبي صلاة دین حضور علیہ السلام یا ایھا الذین آمنوا اے ایمان والے ہو ਤੁਸੀਂ ਵੀ ਇਹ ਕੰਮ ਕਰਿਆ ਕਰੋ ਜਿਹੜਾ ਫਰਿਸ਼ਤੇ ਵੀ ਕਰਦੇ ਨੇ ਤੇ ਜ਼ਾਤ ਵਾਲੀ ਵੀ ਕਰਦੇ ਨੇ, ਤਾਂ ਕਿ ਖਾਲਕੋ ਮਖਲੂਕ ਤਮਾਮ ਦਾ ਮਹਵਰ ਉਹ ਮਰਕਜ਼ ਜ਼ਾਤੇ ਮੁਸਤਫਾ ਬਣ ਜਾਏ। ਹੁਣ ਫਰਕ ਇਹ ਰਹਿ ਗਿਆ ਕਿ ਯੁਸੱਲੂਨਾ ਕਿਸ ਤਰ੍ਹਾਂ ਹੈ, ਇਸਤਮਰਾਰ ਤੇ ਦਵਾਮ ਪਾਇਆ ਗਿਆ ਸਰਫੀ ਲਿਆ ਨਾ ਜੁਮਲਾ ਫਿਰ ਲਿਆ ਕਿ ਇਸਮਿਆ, ਇਸਤਮਰਾਰ ਤੇ ਦਵਾਮ ਪਾਇਆ ਗਿਆ ਉਹਦੇ ਵਿੱਚ ਕਿ ਪੜ੍ਹਦੇ ਰਹਿੰਦੇ ਨੇ। ਜ਼ਰਾ ਖਿਆਲ ਕਰਨ ਵਾਲੀ ਗੱਲ ਏ, ਅੱਲਾਹ ਤਾਲਾ ਤੇ ਨਹੀਂ ਨਾ ਇਹ ਆਖਦੇ ਅੱਲਾਹ ਉਮਾ ਚੱਲੇ ਅੱਲਾ ਯਾਰ ਇਹਤੇ ਹੋਰ ਅੱਲਾ ਵੀ ਹੋਇਆ ਨਾ ਜਿਹੜਾ ਭੇਜੇ ਜਿਹਨੂੰ ਉਹ ਆਕਣ, ਉਦੋਂ ਅੱਗੇ ਤੇ ਹੈ ਕੋਈ ਨਹੀਂ। ਅੱਲਾਹ ਤਬਾਰਕ ਵਾ ਤਾਲਾ ਦਾ ਦਰੂਦ ਜਿਹੜਾ ਹੈ ਤੇ ਸਲਾਤ ਤੇ ਸਲਾਤ ਉਹ ਵੇ ਰਹਿਮਤ ਨਾਜ਼ਲ ਫਰਮਾਣਾ, ਫਰਿਸ਼ਤਿਆਂ ਦਾ ਤਲਬੇ ਰਹਿਮਤ, ਦੁਆਏ ਰਹਿਮਤ, ਮੋਮਨਾ ਦਾ ਸਲਾਮ ਤੇ ਦੁਆਏ ਰਹਿਮਤ, ਇਨਲਾ ਅੱਲਾਹ ਤਾਲਾ ਦਾ ਨਾਜ਼ਲ ਕਰਨਾ ਰਹਿਮਤ ਦਾ, ਫਰਿਸ਼ਤਿਆਂ ਦਾ ਤਲਬੇ ਰਹਿਮਤ, ਮੋਮਨਾ ਦਾ ਦੁਆਏ ਰਹਿਮਤ ਤੇ ਸਲਾਮ। ਗੱਲ ਇੱਕ ਹੋਰ ਬੜੀ ਬਰੀਕ ਵਿੱਚ ਆ ਵੜੀ, ਅੱਲਾ ਉਮਾ ਸੱਲੇ ਅਲਾ ਸਈਦ ਨਾ ਮੁਹੰਮਦ, ਹੁਕਮ ਤੇ ਆਇਆ ਸੱਲੂ ਅਲੈ ਸੱਲੂ ਅਮਰੇ, ਤੁਸੀਂ ਸਲਾਤ ਪੜ੍ਹੋ ਪੜ੍ਹੋ, ਤੇ ਅਸੀਂ ਕਿਹਾ ਨੇ ਅੱਲਾ ਉਮਾ ਥੋੜੀ ਜਿਹੀ ਸੋਝ ਕੋਲੋਂ ਕੰਮ ਤੇ ਰਹੀ ਹੈ, ਕੋਈ ਡਰ ਤੇ ਨਹੀਂ, ਅਸੀਂ ਆਨੇ ਆ ਸੱਲੇ ਐ ਮੌਲਾ ਕਰੀਮ ਤੁਸੀਂ ਪੜ੍ਹੋ।
ਤੁਸੀਂ ਸਲਾਦ ਭੇਜੋ ਤੇ ਉਹ ਕੀ ਆਂਦੇ ਨੇ ਸੱਲੂ ਸੱਲੂ ਜਮਾ ਉਹ ਵਾਹਿਦ ਹੈ ਸਾਨੂੰ ਹੁਕਮ ਪਿਆਉਂਦਾ ਤੁਸੀਂ ਪੜੋ ਅਸੀਂ ਆਨੇ ਆ ਤੁਸੀਂ ਪੜੋ ਹੁਣ ਪੜੇ ਕੌਣ ਕਦੇ ਸੋਚਿਆ ਜੇ ਦਰੂਦ ਸ਼ਰੀਫ ਭਾਉ ਚਾੜ ਜਿਹੜੇ ਦਰੂਦ ਸ਼ਰੀਫ ਸੋਚੋ ਤੇ ਭਾਉ ਚਾੜ ਜਿਹੜੇ ਤੇ ਗੱਲ ਕੀ ਹੈ ਅਸੀਂ ਪਿਆਨੇ ਹਾਂ ਉਹ ਪਿਆਉਂਦੇ ਨੇ ਸੱਲੂ ਤੁਸੀਂ ਪੜੋ ਅਸੀਂ ਪਿਆਨੇ ਹਾਂ ਸੱਲੇ ਉਹ ਵਾਹਿਦ ਏ ਸੱਲੇ ਅਸੀਂ ਬਹੁਤੇ ਹਾਂ ਸੱਲੂ ਜਮਾ ਮਰਾਏ ਤੁਸੀਂ ਪੜੋ ਅਸਾਂ ਕੀ ਆਖਿਆ ਅਸਾਂ ਆਖਿਆ ਮੌਲਾ ਕਰੀਮ ਅਸੀਂ ਸਦਾ ਸਲਾਮ ਤੇ ਪੜ੍ਹਨੇ ਆ ਸਲਾਦ ਪੜ੍ਹਨੇ ਆ ਪਰ ਗੱਲ ਇਹ ਵੇ ਅਸੀਂ ਡਾਇਰੈਕਟ ਨਹੀਂ ਆਪ ਨਾਲ ਅੰਬਲਾ ਮੂਰਤ ਗਾਲਬ ਨੂੰ ਪੁੱਛਿਆ ਕਿਸੇ ਤੇ ਗਾਲਬ ਅੱਧਾ ਹੀ ਮੁਕਾ ਚਾਹੀਆ ਗਾਲਬ ਸਨਾਏ ਖਾਜਾ ਹੱਲ ਕੀਤਾ ਇਸ ਮਸਲੇ ਨੂੰ ਗਾਲਬ ਜੈਸੇ ਬਾਲਗ ਨਜ਼ਰ ਤੇ ਬਹੁਤ ਬੁਲੰਦ ਪਾਇਆ ਸੋਚ ਵਾਲਾ ਫਕਰ ਤੇ ਸ਼ਾਇਰ ਅੰਦਰ ਗਾਲਬ ਸਨਾਏ ਖਾਜਾ ਬਯਜ਼ਦਾਂ ਗੁਜ਼ਾਸ਼ਤੇਮ ਅਸਾਂ ਸਲਾਤ ਤੇ ਪੜੀ ਪਰ ਸਪੁਰਦ ਅੱਲਾ ਦੇ ਕੀਤੀ ਕਿਉਂ ਮਰਤਬਾ ਦਾਨੇ ਮੁਹੰਮਦ ਜ਼ਾਤ ਪਾ ਕੇ ਮਰਤਬਾ ਦਾਨੇ ਮੁਹੰਮਦ ਉਹਦੀ ਜ਼ਾਤ ਪਾ ਕੇ ਹਜ਼ੂਰ ਅਲੈਹ ਸਲਾਮ ਦੀ ਸ਼ਾਨ ਜਾਣ ਲਈਏ ਯਾ ਅੱਲਾ ਅਸੀਂ ਪੇਸ਼ ਕਰਨੇ ਆ ਤੇ ਉਹਨਾਂ ਦੀ ਸ਼ਾਨ ਦੇ ਛਾਇਆ ਤੁਸੀਂ ਸਾਡੇ ਵੱਲੋਂ ਭੇਜੋ ਹੈ ਨਾ ਇੱਕ ਗੱਲ ਸੋਚਣ ਵਾਲੀ ਛੱਲੂ ਤੇ ਥੱਲੇ ਇਹ ਗੱਲ ਕੀ ਬਣ ਗਈ ਫਿਰ ਇਹ ਹੋਈ ਬਣ ਗਈ ਗਾਲਬ ਸਨਾਏ ਖਾਜਾ ਬਯਜ਼ਦਾਂ ਗੁਜ਼ਾਸ਼ਤੇ ਯਾ ਅੱਲਾ ਤੇਰੇ ਤੇ ਚੜਨੇ ਆ ਮਾਮਲਾ ਅਸੀਂ ਪੜ੍ਹ ਛੱਡਨੇ ਆ ਜਿਸ ਤਰ੍ਹਾਂ ਤੁਸੀਂ ਆਉਂਦੇ ਹੋ ਉਹਨਾਂ ਦੀ ਸ਼ਾਨ ਦੇ ਲਾਇਕ ਤੁਸੀਂ ਜਾਣਦੇ ਹੋ ਉਹਨਾਂ ਦੀ ਕਦਰੋ ਕੀਮਤ ਤੇ ਇੱਜ਼ਤ ਤੇ ਅਜ਼ਮਤ ਤੁਸੀਂ ਸਾਡੇ ਵੱਲੋਂ ਭੇਜੋ ਕੀ ਵਜ੍ਹਾ ਇਹ ਵੀ ਹਜ਼ੂਰ ਦੀ ਸ਼ਾਨ ਸੁਭਾਨ ਅੱਲਾ ਗਏ ਅਸੀਂ ਜਿਸ ਵਕਤ ਖੁਦਾ ਤਾਲਾ ਨੇ ਭਾਗ ਜਗਾਏ ਜਾਣਾ ਹੋਇਆ ਹਨੇਰੀ ਆ ਗਈ ਢੋਰ ਉੱਡੀ ਤੇ ਉੱਡ ਕੇ ਇੱਕ ਮੁੰਡੇ ਤੇ ਪਈ ਹੈ ਸਾਰਿਆਂ ਤੇ ਪੈਂਦੀ ਹੈ ਪਰ ਇੱਕ ਫਾਇਜਾ ਨੇਬਲ ਸੀ ਨਾ ਮੁੰਡਾ ਉੱਤੇ ਪਈ ਨਾ ਤੇ ਫੜ ਕੇ ਰੁਮਾਲ ਦੇ ਉਹ ਕਰਦੇ ਨੇ ਨਾ ਬੜਾ ਮੂੰਹ ਮੂੰਹ ਜੇ ਝਾੜਨ ਲੱਗਾ ਕਾਸ਼ਕ ਪਿੱਛੋਂ ਆ ਗਏ ਮੁੰਡੇ ਤੇ ਹੱਥ ਰੱਖ ਕੇ ਆਖ ਰਹੇ ਹੋ ਕਾਕਾ ਥੱਲੇ ਨਾ ਝਾੜ ਮੇਰੇ ਤੇ ਚਾੜ ਤੈਨੂੰ ਪਤਾ ਨਹੀਂ ਹੈ ਮਿੱਟੀ ਕਿਹੜੀ ਇਹ ਮਿੱਟੀ ਕਿਹੜੀ ਹੈ ਉਹ ਇਸ ਮਿੱਟੀ ਨੂੰ ਤੇ ਵੱਡੇ ਵੱਡੇ ਲਗਮ ਤੇ ਬੜੇ ਬੜੇ ਸ਼ਹਿਨਸ਼ਾਹ ਤੇ ਬੜੇ ਬੜੇ ਬਾਦਸ਼ਾਹ ਸਹਿਤ ਦੇ ਨੇ ਸਾਫ਼ ਜਾਨ ਨੂੰ
ਤੂੰ ਉੱਤੇ ਪਈ ਝਾੜਨ ਡਿਆ ਆਪਣੇ ਆਪਣੇ ਰੰਗ ਨੇ ਨਾ ਨੀ ਮੈਂ ਦੱਸਦਾ ਬੜੇ ਬੁਲੰਦ ਪਾਇਆ ਸਾਡੇ ਮੁਲਕ ਦੇ ਆਲਮ ਫਾਜ਼ਲ ਸਨ ਗਏ ਜਿਸ ਵਕਤ ਤੇ ਰਜਮ ਕਰਨ ਲੱਗੇ ਇਹ ਪੱਥਰ ਮਾਰਨੇ ਜਿਹੜੇ ਵਾਹ ਵਾਹ ਸੁਭਾਨ ਅੱਲਾ ਬੰਦਾ ਦੱਸਾਂ ਤੇ ਹੋਰ ਹੈਰਾਨ ਹੋ ਜਾਓ ਇਹ ਵੀ ਪੱਥਰ ਮਾਰਦੇ ਸਨ ਇੱਕ ਬੰਦੇ ਨੇ ਪਰਵਟਾ ਮਾਰਿਆ ਪੱਥਰ ਉਹ ਮੌਲੀ ਸਾਹਿਬ ਦੇ ਇੱਥੇ ਆ ਲੱਗਾ ਲਹੂ ਫੁੱਟ ਪਿਆ ਮੌਲੀ ਸਾਹਿਬ ਗੁੱਸਾ ਨਹੀਂ ਕੀਤਾ ਪਿਛਾਂ ਤੱਕੇ ਉਹਨੇ ਤੱਕੇ ਆਖਣ ਲੱਗੇ ਭਾਈ ਮੈਨੂੰ ਪਤਾ ਨਹੀਂ ਹੈ ਕਿਹਦਾ ਵੱਟਾ ਹੈ ਉਹ ਮਾਰਦੇ ਨਾ ਪੱਥਰ ਨੂੰ ਕੰਕਰੀਆਂ ਇਹ ਮੈਨੂੰ ਪਤਾ ਨਹੀਂ ਲੱਗਾ ਵੱਟਾ ਕਿਹਦਾ ਉਹ ਸਹੀ ਤੇਰਾ ਲਗਾਈ ਮੌਲਾ ਨੇ ਉਹ ਵੇਖੋ ਕਿੱਧਰ ਜਾਂਦੇ ਨੇ ਇੱਕ ਪਿੱਛੋਂ ਹੋਰ ਆ ਰਲਿਆ ਜਿਸ ਵਕਤ ਉਹਨਾਂ ਗੱਲ ਸੁਣੀ ਤੇ ਉਹਨਾਂ ਮੁੰਡੇ ਤੇ ਹੱਥ ਰੱਖਿਆ ਆਖਣ ਲੱਗੇ ਮੌਲੀ ਸਾਹਿਬ ਬੰਤਾ ਆਲਮ ਤੂੰ ਤੇ ਆਲਮ ਫਾਜ਼ਲ ਮਲੂਮ ਮੈਂ ਆਖਣ ਲੱਗੇ ਅਲਹਮਦੁਲਿਲਾ ਨਾ ਆਲਮ ਮੈਂ ਆਲਮ ਫਾਜ਼ਲ ਦੇ ਸ਼ੱਕ ਨਹੀਂ ਕੋਈ ਤੇ ਆਖਣ ਲੱਗਾ ਫਿਰ ਆਲਮ ਫਾਜ਼ਲ ਹੋ ਕੇ ਤੇ ਇਹ ਗੱਲ ਪਿਆ ਕਰਨਾ ਕਿੱਥੋਂ ਤੱਕ ਹੀ ਹੈ ਆਹਾਨਾ ਕਰ ਲਵੋ ਕੁਲ ਸੀ ਇਸ਼ਕ ਹੈ ਦਿਲ ਲਗੀ ਨਹੀਂ ਮੁਕਾਮ ਮਹਬੂਬ ਤੇ ਆਣ ਕੇ ਕੋਈ ਦੁੱਖ ਤੇ ਤਕਲੀਫ ਤੇ ਕੋਈ ਵਟਾ ਵਜੇ ਤੇ ਪਿਛੋਂ ਨਹੀਂ ਤੱਕੀਦਾ ਸਿਰ ਨੀਵਾਂ ਕਰਕੇ ਸਹਿੰਦੇ ਜਾਈਦਾ ਇਸ਼ਕ ਵਿੱਚ ਕਹਿਣ ਵਾਲੇ ਨਹੀਂ ਉਹ ਪਹੁੰਚਦੇ ਹੁੰਦੇ ਸਹਿਣ ਵਾਲੇ ਮੁਕਾਮ ਇਸ਼ਕ ਤੇ ਮੰਜ਼ਲ ਤੇ ਉਹ ਪਹੁੰਚਦੇ ਨੇ ਜਿਹੜੇ ਸਹਿਣ ਵਾਲੇ ਰਾਬਿਆ ਬਸੀ ਰਹਿਮਤੁਲਾ ਲੈ ਅੱਜ ਨੂੰ ਭੇਜਾਂਦੇ ਸਨ ਦੋ ਬੰਦੇ ਆ ਗਏ ਆਪਣੇ ਮਹਿਰਮਾ ਵਿੱਚੋਂ ਰਿਸ਼ਤੇਦਾਰਾਂ ਚ ਜਾਣ ਲੰਘੇ ਆਪੋ ਚ ਬਹਿਸ ਲੱਗ ਗਈ ਮਦੀਨਾ ਸ਼ਰੀਫ ਬੜਾ ਨੇੜੇ ਵੇ ਇੱਕ ਆਖਣ ਲੱਗਾ ਬੜਾ ਦੂਰ ਏ ਇਹ ਤੁਹਾਨੂੰ ਦੱਸਣ ਲੱਗਾ ਕਿ ਜਿਸ ਵਕਤ ਇਸ ਲੈਨ ਵਿੱਚ ਪਏ ਤੇ ਫਿਰ ਸੁਭ ਹੋਣਾ ਸ਼ਾਮ ਹੈ ਆਖਣ ਲੱਗੇ ਮਾਈ ਸਾਹਿਬ ਨੂੰ ਪੁੱਛਦੇ ਦੂਰ ਏ ਕਿ ਨੇੜੇ ਪੁੱਛਿਆ ਹਜ਼ਰਤ ਜੀ ਇਹ ਆਂਦਾ ਬੜੀ ਦੂਰ ਏ ਤੇ ਤੂੰ ਕੀ ਆਂਦਾ ਮੈਂ ਇੰਨਾ ਬੜੀ ਨੇੜੇ ਸੱਚਾ ਕਿਹੜਾ ਹੈ ਦੋਵੇਂ ਝੂਠੇ ਹੋ ਦੋਵੇਂ ਝੂਠੇ ਹੋ ਤੁਸੀਂ ਹੈਰਾਨ ਹੋਏ ਹੋਵੋਗੇ ਵੀ ਇੱਕ ਆਂਦਾ ਨੇੜੇ ਵੀ ਇਹ ਤੇ ਸੱਚਾ ਹੈ ਨਾ ਜਿਹਨੂੰ ਦੂਰ ਵੀ ਨੇੜੇ ਲੱਭਦਾ ਲੋਕ ਸ਼ੌਕ ਵਿੱਚ ਦੂਰ ਵੀ ਨੇੜੇ ਹੋਈ ਮਾਈ ਨੇ ਆਖਿਆ ਦੋਵੇਂ ਝੂਠੇ ਅਖੇ ਜੀ ਦੋਵੇਂ ਝੂਠੇ ਕਿਸ ਤਰ੍ਹਾਂ ਵਾ ਆਖਣ ਲੱਗੇ ਮੰਜ਼ਲੇ ਸ਼ੌਕ ਸ਼ੌਕ ਤੇ ਮੰਜ਼ਲੇ ਦੇ ਵਿੱਚ ਜਿਹਨੂੰ ਦੂਰ ਨੇੜੇ ਦੀ ਹੋਸ਼ ਹੋਵੇ ਦੋਵੇਂ ਝੂਠੇ ਨੇ ਅਖੇ ਜੀ ਫਿਰ ਕਿਸ ਤਰ੍ਹਾਂ ਤੈਅ ਕਰੀਏ ਇਹ ਮਿਸਰਾ ਯਾਦ ਰੱਖਿਓ
ਕਿਸ ਤਰ੍ਹਾਂ ਤੈਅ ਕਰੀਏ? ਫਰਮਾਇਆ ਇਸ ਕਦਰ ਖੋ ਜਾ ਕਿ ਹੋਸ਼ੇ ਦੂਰੀਏ ਮੰਜ਼ਿਲ ਨਾ ਹੋ, ਮਹਿਬੂਬ ਵੱਲ ਨਜ਼ਰ ਹੋਵੇ। ਸੁਭਾਨ ਅੱਲਾਹ, ਮਹਿਬੂਬ ਵੱਲ ਨਜ਼ਰ ਹੋਵੇ, ਲੋਕ ਸ਼ੌਕ ਦਾ ਹਮਦ ਹੋਵੇ, ਨੇੜੇ ਦੂਰ ਦਾ ਖਿਆਲ ਜਿਹੜਾ ਇਹ ਖਾਮ ਖਿਆਲ ਨੇ। ਕੱਚਿਆਂ ਲੋਕਾਂ ਦਾ ਕੰਮ ਏ, ਥੱਕ ਗਏ ਹਾਂ ਤੇ ਨਹੀਂ ਥੱਕ ਗਏ, ਦੂਰ ਕਿ ਨੇੜੇ, ਇਹਦੇ ਵਿੱਚ ਦੂਰ ਨੇੜੇ ਨਹੀਂ ਹੁੰਦਾ, ਇਸ਼ਕ ਦੇ ਵਿੱਚ ਦੂਰ ਨੇੜੇ ਨਹੀਂ ਹੁੰਦਾ ਇਹਦਾ। ਕਿਸੇ ਪੁੱਛਿਆ ਸੀ ਬੰਦੇ, ਮੈਨੂੰ ਹੱਥ ਕਰਾਚੀ ਉੱਡ ਗਿਆ ਵੀ ਬੜਾ ਮਤਾਲਿਆ ਸੁਣਿਆ ਤੁਹਾਡਾ ਅੱਲਾਹ ਦਾ ਫਜ਼ਲ ਏ, ਇਹ ਦੱਸੋ ਸਮੁੰਦਰ ਦਾ ਕਿਨਾਰਾ ਕਿਹੜਾ, ਦਰਿਆਏ ਇਸ਼ਕ ਦਾ ਕਿਨਾਰਾ ਕਿਹੜਾ? ਮੈਂ ਕਿਹਾ ਜੇ ਜੇਲਮ ਦਾ ਪੁੱਛੇ ਤੇ ਮੈਂ ਦੱਸਾਂ, ਰਾਵੀ ਦਾ ਪੁੱਛੇ, ਸਤਲੁਜ ਦਾ ਪੁੱਛੇ ਤੇ ਮੈਂ ਤੈਨੂੰ ਦੱਸਾਂ, ਬਾਕੀ ਦਰਿਆ ਇਸ਼ਕ ਦਾ ਕਿਨਾਰਾ ਤੇ ਹੈ ਹੀ ਨਹੀਂ। ਤੇ ਦਰਿਆ ਇਸ਼ਕ ਦਾ ਤੇ ਕਿਨਾਰਾ ਹੈ ਹੀ ਨਹੀਂ। ਦੂਏ ਦਿਨ ਟੈਲੀਫੋਨ ਕੀਤਾ, ਤੂੰ ਆਖਣਾ ਖਾ ਤੁਹਾਡਾ ਦੋ ਤਿੰਨਾਂ ਦਿਨਾਂ ਬਾਅਦ ਮਿਲਿਆ, ਪਰ ਮੈਂ ਇਹ ਪੁੱਛਣਾ ਵਾ ਜੇ ਕਿਨਾਰਾ ਨਹੀਂ ਤੇ ਪਾਰ ਕਿਸ ਤਰ੍ਹਾਂ ਜਾਈਦਾ? ਅੱਲਾ ਅੱਲਾ, ਜੇ ਦਰਿਆ ਇਸ਼ਕ ਦਾ ਕਿਨਾਰਾ ਨਹੀਂ ਤੇ ਪਾਰ ਫਿਰ ਕਿਹਨੂੰ ਆਉਂਦੇ ਨੇ? ਸੁਭਾਨ ਅੱਲਾ, ਮੈਂ ਕਿਹਾ ਜਿਹੜੇ ਇੱਧਰ ਖਲੋਤੇ ਨੇ ਉਹਨੂੰ ਪੁੱਛੀਏ ਕਿੱਥੇ ਚੱਲੇ ਹੋ, ਤੇ ਆਉਂਦੇ ਨੇ ਪਾਰ। ਉੱਥੇ ਜਾਈਏ ਜੇ ਪੁੱਛੀਏ ਉੱਧਰ ਲਿਆਉਣ ਤੇ ਕਿੱਧਰ ਜਾਣਾ ਜੇ ਪਾਰ? ਹੁਣ ਫਿਰ ਪਾਰ ਕਿਹੜਾ ਹੋਇਆ ਤੇ ਉਹ ਰਾੜ ਕਿਹੜਾ ਹੋਇਆ? ਉਹਦਾ ਨਾਂ ਆੜ ਤੇ ਨਾ ਪਾਰ। ਅਖੇ ਫੇਰ ਵੀ ਪਾਰ ਕਿਹਨੂੰ ਆਉਂਦੇ ਨੇ? ਮੈਂ ਕਿਹਾ ਮੈਂ ਆਸ਼ਕਾਂ ਕੋਲੋਂ ਸੁਣਿਆ, ਇਸ ਮੈਂ ਡੂਬ ਜਾਣਾ ਹੀ ਹੈ, ਇਸ ਕਾ ਪਾਰ ਕਰ ਜਾਣਾ। ਇਹਦੇ ਕਿਨਾਰਿਆਂ ਦਾ ਧਿਆਨ ਨਹੀਂ ਕਰੀਦਾ, ਇਹਦੇ ਵਿੱਚ ਡੁੱਬ ਜਾਈਦਾ, ਇਹਦੇ ਵਿੱਚ ਡੁੱਬ ਜਾਈਦਾ, ਆਰ ਪਾਰ ਨਹੀਂ ਵੇਖੀਦਾ। ਇੱਧਰ ਆਉਂਦੇ ਨੇ ਉਹ ਪਾਰ, ਉਹ ਆਉਂਦੇ ਨੇ ਉਹ ਪਾਰ, ਉਹ ਆਉਂਦੇ ਨੇ ਇੱਥੇ ਬੈਠਾ ਰਹੋ, ਇਹਦਾ ਆਰ ਵੀ ਉਹ ਤੇ ਪਾਰ ਵੀ ਉਹ। ਤੋ ਇਸ ਵਾਸਤੇ ਦੋਸਤੋ, ਫਲ ਕੁਰੁੱਲਾ ਕਸੀਰਾਂ ਲਾਲਾ ਕੁੰਮ ਤੋਪਲੇ ਹੁਣ, ਬੜੇ ਕਦੀਰ ਬੜੇ ਮੁਹੱਬਤ ਵਾਲੇ ਦਿਲਚਸਪ ਆਪਣੇ ਦੇਨ ਰਸਾ ਰੱਖਣ ਵਾਲੇ ਦੋਸਤ ਕਰਾਚੀ ਉੱਤੇ ਜੀ ਆਏ ਸਾਂ, ਅਤੇ ਮੈਨੂੰ ਆਖਣ ਵਾਲੇ ਜੁਮਾ ਪੜ੍ਹ ਕੇ ਜਾਣਦੇ, ਨਾਲ ਮੈਨੂੰ ਇੱਕ ਹੋਰ ਪਾਤੀ ਉਹਨੇ ਗੱਲ ਵੀ ਕਿ ਦੋਸਤ ਨੇ ਦੋ ਉਹਨਾਂ ਨੇ ਆਉਣਾ ਤੁਹਾਨੂੰ ਮਿਲਣ ਅਤੇ ਜੁਮਾ ਵੀ ਪੜ੍ਹਨਾ। ਮੈਂ ਦਿਲ ਵੀ ਸੋਚਿਆ ਵੀ ਮੈਂ ਕੀ ਬਾਤ ਕਰਾਂਗਾ, ਜਿਹੜੇ ਐਡੇ ਦੂਰੋਂ ਆਏ ਸੋਚਣ ਸੁਣ, ਤੇ ਮੈਂ ਤੇ ਇੱਥੇ ਬੰਦੇ ਸਿਰ ਕੁੜਕਣ ਦੀ ਵੇਲ ਨਹੀਂ, ਤਿਆਰੀ ਨਹੀਂ, ਕੁਝ ਨਹੀਂ। ਫਿਰ ਮੈਂ ਉਹਨਾਂ ਨੂੰ ਦੱਸੀ ਗੱਲ, ਮੈਂ ਕਿਹਾ ਤਿਆਰੀ ਕਰਨੀ ਨਹੀਂ ਪੈਂਦੀ, ਤਿਆਰੀ ਕਰਨੀ ਨਹੀਂ ਪੈਂਦੀ। ਪਹਿਲੋਂ ਕਦੇ ਮੈਂ ਹੁੰਦਾ ਸਾਂ ਤੇ ਮੈਂ ਸਿਰਫ ਕਾਗਜ਼ ਤੇ ਲਿਖ ਲਿਆਉਂਦਾ ਹੁੰਦਾ ਸਾਂ ਵੀ ਹੁਣ ਇਹ ਕਰਨਾ ਹੁਣ ਇਹ ਕਰਨਾ, ਮੁੰਡੇ ਨੂੰ ਮੈਂ ਦੱਸਦਾ ਪਿਆ ਕੁਰਾਨ ਸ਼ਰੀਫ ਤੋਂ ਯਾਦ ਰੱਖੀ,
ਮਾਸ਼ਾਅੱਲਾ ਬੜਾ ਲਾਇਕ, ਇਹ ਆਪੇ ਮੈਨੂੰ ਪੜ੍ਹ ਕੇ ਸੁਣਾਏਗਾ ਅਰਬੀ ਤੇ ਮੈਂ ਸ਼ਰ੍ਹਾ ਕਰਾਂਗਾ। ਤੇ ਮੈਂ ਦਿਲ ਵੀ ਸੋਚਿਆ, ਮੈਂ ਆਖਿਆ ਮੈਨੂੰ ਕੋਈ ਨਜ਼ਰ ਕਮਜ਼ੋਰ ਨਾ, ਪਤਾ ਨਹੀਂ ਪਿਆ ਲੱਗਦਾ। ਫਿਰ ਹੁਣ ਮੈਂ ਕੱਲ ਕਰਦਾ ਸਾਂ, ਮੈਂ ਕਿਹਾ ਜਦੋਂ ਕਾਰ ਖਲੋ ਜਾਏ ਨਾ, ਚੱਲੇ ਨਾ, ਤੇ ਬਾਹਰ ਮੂੰਹ ਕੱਢ ਕੇ ਤੇ ਕਾਰ ਵਾਲਾ ਲੋਕਾਂ ਨੂੰ ਆਉਂਦਾ ਜਰਾ ਧੱਕਾ ਲਵਾਇਓ, ਮੇਰੇ ਵਾਲੀ ਕਾਰ ਵੀ ਜਿਹੜੇ ਨਹੀਂ ਚੱਲਦੀ, ਤੇ ਮੈਂ ਨਾ ਅੱਲਾ ਦੀ ਜਾਤ ਪਾਕ ਨੂੰ ਵੀ ਆਪਣੇ ਜ਼ੌਕ ਸ਼ੌਕ ਦਾ ਧੱਕਾ ਲਵਾਇਓ। ਸੋਹਣੇ ਧੱਕੇ ਜੀ ਉਹ ਆਖਣ ਲੱਗ ਪੈਂਦਾ, ਬਸ 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 ਕਰਿਓ, ਕੰਮ ਬਣ ਗਿਆ, ਕੰਮ ਬਣ ਗਿਆ, ਕੰਮ ਬਣ ਗਿਆ। ਤੇਰੀ ਹਰ ਮੇਰੀ ਹਰ ਨਿਗਾਹ ਮੈਂ ਤਸ਼ਨਗੀ, ਮੈਂ ਤੇਰੇ ਵੱਲ ਹੀ ਪੇਸ਼ ਕਰਨਾ, ਮੇਰੀ ਹਰ ਨਿਗਾਹ ਮੈਂ ਤਸ਼ਨਗੀ, ਤੇਰੀ ਹਰ ਨਿਗਾਹ ਮੈਂ ਜਾਮ ਹੈ, ਤੂੰ ਰਜਾ ਛੱਡਣਾ, ਮੇਰੀ ਹਰ ਨਿਗਾਹ ਮੈਂ ਤਸ਼ਨਗੀ, ਤੇਰੀ ਹਰ ਨਿਗਾਹ ਮੈਂ ਜਾਮ ਹੈ, ਤੂੰ ਨਜ਼ਰ ਕਰੇ ਤੋ ਯਹ ਹੈ ਸੁਬਾ, ਤੂੰ ਨਜ਼ਰ ਫਿਰਾਏ ਤੋ ਜਾਮ ਹੈ। ਉਹਦੇ ਫਜ਼ਲੋ ਕਰਮ ਨਾਲ ਹੀ ਫੇਰ ਗੱਲ ਚੱਲ ਪੈਂਦੀ ਹੈ, ਤੇ ਫਿਰ ਬੜਾ ਬੜਾ ਕੋਈ ਹੋਰ ਸੋਚਿਆ, ਇਹ ਕਰਾਂ ਬਿਆਨ, ਇਹ ਕਰਾਂ, ਫਿਰ ਸੋਚਿਆ ਵੀ ਉਖੜ ਜਾਏਗਾ, ਉਹਦੇ ਨਾਂ ਤੋਂ ਹੀ ਸ਼ੁਰੂ ਕਰ ਦਿੱਤੇ, ਉਖੜ ਹੈ ਹੀ ਨਹੀਂ। ਅੱਲਾ ਤਾਲਾ ਤੁਹਾਡੇ ਜ਼ੌਕ ਸ਼ੌਕ ਨੂੰ, ਮੇਰੇ ਜ਼ੌਕ ਸ਼ੌਕ ਨੂੰ ਉਹਦੀ ਮੁਹੱਬਤ ਨਾਲ ਬਦਲ ਦੇ। ਅਮਲ ਕਰਨੇ ਦੀ ਸਾਰੇ ਇੱਕ ਦਫ਼ਾ ਲਵਾਂ ਸ਼ਰੀਫ, ਤਰੇ ਦਫ਼ਾ ਕੁਲ ਸ਼ਰੀਫ, ਦੋ ਬੀਬੀਆਂ, ਇੱਕ ਦੀ ਵਾਲਦਾ, ਇੱਕ ਦੀ ਭੈਣ ਹੈ, ਸਾਡੇ ਮਹੱਲੇ ਵਿੱਚ ਹੀ ਇੱਕ ਤੇ ਕੱਲ ਫੌਤ ਹੋਏ ਨੇ, ਪਰ ਤਨਾਜ਼ਾ ਹੋਇਆ ਇੱਕ ਦਿਨ ਪਹਿਲੋਂ ਹੈ। ਇਹਨਾਂ ਦੇ ਵਾਸਤੇ ਮੈਂ ਨਾਂ ਜੋ ਯਾਦ ਨਹੀਂ ਇੰਨੇ ਰਹਿੰਦੇ, ਹੋਰ ਹੈ ਇੱਕ ਰੁਕਾ ਹੈ, ਇਹ ਦੋ ਮਰੀਜ਼ ਨੇ, ਉਹਨਾਂ ਦੇ ਵਾਸਤੇ ਉਹਨਾਂ ਨੇ ਇੱਕ ਭੇਜਿਆ, ਦੋ ਤਰੇ ਬਾਹਰੋਂ ਹੀ ਟੈਲੀਫੋਨ ਦੋਸਤਾਂ ਦੇ ਆਏ ਨੇ, ਉਹਨਾਂ ਵਾਸਤੇ ਵੀ, ਇਹਨਾਂ ਵਾਸਤੇ ਦੁਆ ਕਰਨੀ, ਮੌਲਾ ਕਰੀਮ ਜਿਹੜਾ ਪੜ੍ਹਿਆ ਇਹਦਾ ਸਵਾਬ ਉਹਦੀ ਵਾਲਦਾ ਨੂੰ, ਉਹਨਾਂ ਦੀਆਂ ਭੈਣਾਂ ਸਵਾਬ ਪਹੁੰਚੇ, ਮੇਰੇ ਤੇ ਤੁਹਾਡੇ ਸਭ ਦੇ ਵਾਲਦੈਨ ਦੇ ਨੂੰ ਸਵਾਬ। ਰੱਬੀ ਫਿਰ ਹੁਣ ਰੱਬੀ ਫਿਰ ਹੋਰ
ਜਿੰਨਾ ਤਿੰਨਾ ਹੀ ਵੀ ਅੱਲਾ ਪਾਕ ਬਤਕਾ ਬਛੜੀਏ ਜੋ ਖਤਾ ਨੇ ਮਾਫ਼ ਫਰਮਾ ਯਾ ਅੱਲਾ ਸਾਨੂੰ ਸਿੱਧੇ ਰਸਤੇ ਚੱਲਣ ਦੀ ਤੌਫੀਕ ਅਤਾ ਆਪਣਾ ਸਾ ਜੀ ਆਹੋ ਵੀ ਕਰਨੇ ਆ ਜੀ ਮੈਨੂੰ ਇੱਕ ਬੰਦਾ ਪੁੱਛਣ ਲੱਗਾ ਮੈਂ ਤੁਹਾਨੂੰ ਇੱਕ ਮਿੰਟ ਦਾ ਗੱਲ ਸੁਣਾਵਾਂ ਆਖਣਾ ਜੀ ਮੇਰੇ ਵਾਸਤੇ ਦੁਆ ਕੀਤੀ ਸਾ ਜੀ ਮੈਂ ਕਿਹਾ ਜੀ ਕੀਤੀ ਸੀ ਮੇਰੇ ਨਾਲ ਜਿਸ ਤਰ੍ਹਾਂ ਮੁੰਡਾ ਇਸ ਤਰ੍ਹਾਂ ਮੁੰਡਾ ਸੀ ਆਖਣਾ ਜੀ ਕਿਸੇ ਵੇਲੇ ਕੀਤੀ ਸਾ ਜੀ ਮੈਨੂੰ ਤਾਂ ਨਹੀਂ ਯਾਦ ਮਤਲਬ ਵੱਖਰੀਆਂ ਪੁੱਛਣ ਲੱਗਾ ਮੈਂ ਕਿਹਾ ਅੱਤਾ ਯਾਦ ਪੜ੍ਹਾਂ ਅੱਤਾ ਯਾਦ ਲੈ ਲੈ ਵਸਲ ਬਾਤ ਵਤਈਏ ਬਾਤ ਵਸਲਾਮ ਲੈ ਕਾਈ ਵੀ ਬਰੇ ਮਤਲਬ ਰੱਬੀ ਫਿਰ ਲਈ ਵਾਲੇ ਵਾਲੇ ਦਈਆ ਹੈ ਮੌਲਾ ਮੈਨੂੰ ਮਾਫ਼ ਫਰਮਾ ਵਾਲੇ ਵਾਲੇ ਦਈਆ ਮੁੰਡਾ ਭਾਵੇਂ ਪਿਓ ਨਾਲ ਗੁੱਸੇ ਹੋਵੇ ਪਿਓ ਏਡਾ ਖੈਰ ਖਾਹ ਆਖਿਆ ਉਹ ਗੱਲ ਸੁਣ ਗੁੱਸੇ ਜੇ ਤੂੰ ਮੈਂ ਤੇ ਨਹੀਂ ਨਾ ਤੇਰੇ ਪਿਓ ਨਾਲ ਗੁੱਸੇ ਫਿਰ ਵਾਲੇ ਵਾਲੇ ਦਈਆ ਮੇਰੇ ਮਾਂ ਪਿਓ ਤੇ ਵੀ ਰਹਿਮ ਕਰ ਇਹ ਲੋਕਾਂ ਦਾ ਮੂੰਹ ਵੱਟੀ ਰੱਖਣਾ ਵਾਲੇ ਦੇ ਮੂੰਹ ਮੈਨੂੰ ਇਹਨਾਂ ਵੀ ਆ ਆਖਿਆ ਸੀ ਕਿ ਨਹੀਂ ਬਲੇ ਤੇ ਮੂੰਹ ਮੈਂ ਨਹੀਂ ਨਾ ਅਖੇ ਆਹੋ ਤੇ ਮਖੇ ਕਾਬਰਾਂ ਚੋ ਜਦੋਂ ਦੁਆ ਮੰਗੀ ਸਾਰੇ ਵਿੱਚ ਹੀ ਆ ਜਾਂਦੇ ਇਸ ਵਾਸਤੇ ਦੋਸਤੋ ਇੰਨਾ ਨਾ ਯਾਦ ਨਹੀਂ ਨਾ ਰਹਿੰਦੇ ਇੰਨਾ ਬੁਢਾਪੇ ਦੇ ਵਿੱਚ ਆਣ ਕੇ ਹਮ ਵਹਾਂ ਹੈ ਜਹਾਂ ਸੇ ਹਮਕੋ ਵੀ ਖੁਦ ਆਪਣੀ ਖਬਰ ਨਹੀਂ ਆਤੀ ਆਪਣੇ ਆਪ ਦਾ ਪਤਾ ਨਹੀਂ ਰਹਿੰਦਾ ਬਥੇ ਹੋਈ ਆਖੀ ਹੈ ਮੌਲਾ ਸਾਰੇ ਸਾਰੇ ਦੇ ਸਾਰੇ ਫਕੀਰ ਆ ਤੇਰੇ ਦਰਵਾਜ਼ੇ ਇੱਕ ਆਖਣਾ ਜੀ ਵਿੱਚ ਵੱਡੇ ਵੱਡੇ ਅਮੀਰ ਨੇ ਤੁਸੀਂ ਸਾਰਿਆਂ ਨੂੰ ਫਕੀਰ ਬਣਾਉਂਦੇ ਹੋ ਮੈਂ ਆਖਿਆ ਜੀ ਮੈਂ ਨੀ ਜਿਹਨੇ ਬਣਾ ਕੇ ਭੇਜਿਆ ਤੁਹਾਨੂੰ ਉਹ ਆਉਂਦਾ ਫਕੀਰ ਨੇ ਇਹਨਾਂ ਦੀ ਕੌਮ ਫਕੀਰ ਹਰ ਕੋ ਗੁੱਸਾ ਕਰਦਾ ਮੈਨੂੰ ਸਾਨੂੰ ਫਕੀਰ ਆਉਂਦੇ ਹੋ ਆਹ ਜੀ ਕਿਹੜੀ ਆਦਤ ਜਮ ਹੋਇਆ ਤੋਂ ਮੁੱਲ ਫੋਕਰ ਆਓ ਤੁਮ ਸਭ ਮੇਰੇ ਫਕੀਰ ਹੋ ਚਾਹੇ ਕਿਸ ਦਰਜੇ ਪਰ ਵੀ ਹੋ ਮੇਰੇ ਸਭ ਫਕੀਰ ਹੋ ਮੇਰੇ ਦਸ ਨਿਗਰ ਹੋ ਅੰਤਮੁਲ ਫੁਕਰ ਆਓ ਨਹਨੁ ਅਗਨੀ ਆਓ ਇਹ ਮੌਲਾ ਸਾਰਿਆਂ ਤੇ ਰਹਿਮ ਫਰਮਾ ਹਰ ਇੱਕ ਦੀਆਂ ਨੇਕ ਮੁਰਾਦਾਂ ਪੂਰੀਆਂ ਜਿਹਨਾਂ ਨੇ ਟੈਲੀਫੋਨ ਕੀਤੇ ਨੇ ਦੁਆ ਵਾਸਤੇ ਆਖਿਆ ਆਫਿਸ ਨੇ ਆਖਿਆ ਹੋਰ ਜਿੰਨੇ ਮਰੀਜ਼ ਨੇ ਯਾਦ ਲਾ ਉਹਨਾਂ ਨੂੰ ਵੀ ਛੁਪਾ ਤਾ ਸਾਡੀਆਂ ਮੁਸ਼ਕਲਾਂ ਆਸਾਨ ਫਰਮਾ ਰੱਬਾ ਨਾ ਤੇ ਨਾ ਫਿਰ ਦੁਨੀਆ ਆਸਨਾ ਤੋਂ ਫਿਲਾ ਆਸਨਾ ਤੋਂ ਵਕਤ ਨਾ ਰੱਬ ਨਾਲ ਬਾਹਰੇ ਲੋਕ ਬਹੁਤ ਤਰਲੇ ਕਰਦੇ ਨੇ ਸਾਨੂੰ ਜੀ ਰਿਸ਼ਤੇ ਲਈ ਜਗ੍ਹਾ ਨਹੀਂ ਮਿਲਦੀ ਉਹਨਾਂ ਵਾਸਤੇ ਵੀ ਦੁਆ ਕਰੋ ਅੱਲਾਹ ਤਾਲਾ ਅੱਛੇ ਸਬਬ ਪੈਦਾ ਕਰੋ ਸਾਰੇ ਖੁਸ਼ ਹੋ ਖੁਰਮ ਰਹਿਣ ਦੋਹੀ ਜਾਨੀ ਇੱਜ਼ਤ ਅਤਾ ਫਰਮਾਏ ਅੱਲਾਹ ਦਿਲੋ ਦਿਮਾਗ ਰੋਸ਼ਨ ਫਰਮਾਏ ਕਾਰੋਬਾਰ ਚ ਬਰਕਤ ਦੇ ਯਾਰੀ ਬਾਜ਼ਨੀ ਮੁਸਾਇਬ ਤੋਂ ਆਲਾਮ ਤੇ ਦੁੱਖ ਦਰਦ ਤੋਂ ਬਚਾਏ ਜ਼ਮੀਨੀ ਅਸਮਾਨੀ ਮੁਸੀਬਤਾਂ ਤੋਂ ਤੇ ਅਜ਼ਾਬ ਤੋਂ ਮਹਿਫੂਜ਼ ਰੱਖੋ ਇਹ ਜਿਹਨਾਂ ਰੁਕੇ ਦਿੱਤੇ ਨੇ ਯਾਦ ਇਹਨਾਂ ਦੀਆਂ ਨੇਕ ਮੁਰਾਦਾਂ ਪੂਰੀਆਂ ਜਿਹਨਾਂ ਟੈਲੀਫੋਨ ਕੀਤੇ ਨੇ ਉਹਨਾਂ ਤੇ ਵੀ ਰਹਿਮ ਕਰੀ ਉੱਥੇ ਜਿਹੜੀਆਂ ਬੀਬੀਆਂ ਨੇ ਇਹਨਾਂ ਦੀਆਂ ਨੇਕ ਮੁਰਾਦਾਂ ਪੂਰੀਆਂ ਫਰਮਾਈ ਸ਼ਾਹ ਸਾਹਿਬ ਵਾਸਤੇ ਚੌਧਰੀ ਸਾਹਿਬ ਵਾਸਤੇ ਦੁਆ ਹੈ ਉਹਨਾਂ ਮੈਨੂੰ ਹਮੇਸ਼ਾ ਹੀ ਸਾਥ ਬੜੇ ਬਜ਼ੁਰਗ ਸਨ
ਮੈਨੂੰ ਫਰਮਾਉਂਦੇ ਸਨ ਸਾਨੂੰ ਦੁਆਵਾਂ 'ਚ ਯਾਦ ਰੱਖੀ, ਸਾਨੂੰ ਦੁਆਵਾਂ 'ਚ ਯਾਦ ਰੱਖੀ, ਮੈਂ ਵੀ ਅੱਲਾਹ ਦੇ ਬੰਦਾ ਯਾਦ ਰੱਖਿਆ, ਅੱਲਾਹ ਉਹਨਾਂ ਦੇ ਹੋਰ ਦਰਜੇ ਬੁਲੰਦ ਕਰੇ ਔਰ ਸਾਨੂੰ ਨੇਕ ਲੋਕਾਂ ਦੀ ਨਕੀ ਕਦਮ ਚੱਲਣ ਦੀ ਤੌਫੀਕ ਕਰਦਾ ਹੋਵੇ।